Hello students, I hope you all are fine at your homes. Today I'm going to teach you Punjabi and again it's a grammar topic. And today's topic is verb. और पंजाबी ग्रामर दे विच आपां verb नूं की बोलते हैं? किरिया. किरिया मतलब किसी भी काम का होना या करना, उन्हूं की बोलते हैं? किरिया. खाना, पीना, सोना, उठना, बैठना, पढ़ना, ये सब की ने क्रिया. क्लियर? कम टू द डेफिनेशन. परिभाषा देखो, जेड़े शब्दों तो किसी काम दे वापरन, करन या होन आदि का पता लगे उन्होंने की किया जाता है? क्रिया कहा जाता है. जिवें एग्जाम्पल ने साढ़े को, मोर नच रहा है, माली फुल तोड़ता है. हुण इहदे च मोर जिहड़ा है वह किहड़ी क्रिया कर रहा है? वह नच रहा है. मोर की किहड़ी क्रिया हो रही है? नचना. और माली फुल तोड़ता है, माली किहड़ी क्रिया कर रहा है? वह फुल तोड़ रहा है. ठीक है, माली की क्रिया होगी फुल तोड़ना और मोर की क्रिया होगी नचना. क्लीयर? क्रिया की किसनों कहते हैं? जिहड़ा काम असी कर रहे हैं या जिहड़ा काम हो रहा है उसनों क्रिया कहा जाता है. कोई भी क्रिया बेटा करता और कर्म तो बिना अधूरी है. करता की हुंदा है? काम करन वाला. वाक विच किसी भी वाक विच काम करन वाले नूं की कहा जाता है? करता. और कर्म की हुंदा है? काम. जो भी वो काम कर रहा उसनूं कर्म बोलते ने और काम करन वाला जिहड़ा भी है उन्हूं की बोलते ने? करता बोलते ने. एग्जाम्पल देखो, पिता जी पढ़ते हैं. पिता जी कौन ने? करता. और ਇਹਦੇ ਵਿੱਚ ਉਹਨਾਂ ਦੀ ਕਿਰਿਆ ਕੀ ਆ? ਪੜ੍ਹਨਾ, ਕਿ ਉਹ ਪੜ੍ਹ ਰਹੇ ਨੇ. ਠੀਕ ਆ. ਔਰ ਨੈਕਸਟ ਦੇ ਵਿੱਚ ਦੇਖੋ, ਪਿਤਾ ਜੀ ਅਖਬਾਰ ਪੜ੍ਹਦੇ ਹਨ. ਹੁਣ ਇਹਦੇ 'ਚ ਕਰਤਾ ਵੀ ਆ ਔਰ ਕਰਮ ਵੀ ਆ ਔਰ ਕਿਰਿਆ ਵੀ ਆ, ਤਿੰਨ ਚੀਜ਼ਾਂ ਸ਼ਾਮਿਲ ਨੇ. ਔਰ ਜਿਹੜੇ ਵਾਕ ਦੇ ਵਿੱਚ ਬੇਟਾ ਇਕੱਲਾ ਕਰਤਾ ਹੋਵੇ ਉਸਨੂੰ ਅਕਰਮਕ ਵਾਕ ਕਿਹਾ ਜਾਂਦਾ ਹੈ, ਅਕਰਮਕ ਕਿਰਿਆ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਡੇ ਕੋਲ ਅਧੂਰੀ ਕਿਰਿਆ ਹੈ. ਸਾਨੂੰ ਨਹੀਂ ਪਤਾ ਕਿ ਪਿਤਾ ਜੀ ਕੀ ਪੜ੍ਹ ਰਹੇ ਆ, ਅਖਬਾਰ ਪੜ੍ਹ ਰਹੇ ਆ, ਉਹ ਕਿਤਾਬ ਪੜ੍ਹ ਰਹੇ ਆ, ਉਹ ਕੀ ਪੜ੍ਹ ਰਹੇ ਆ. ਇਸ ਨੂੰ ਅਸੀਂ ਬੋਲਦੇ ਹਾਂ ਅਕਰਮਕ ਕਿਰਿਆ. ਔਰ ਜਿੱਥੇ ਸਾਡੇ ਕੋਲ ਕਰਤਾ ਦਾ ਕਰਮ ਸ਼ਾਮਿਲ ਹੋਵੇ ਕਿਰਿਆ ਦੇ ਨਾਲ, ਉਸਨੂੰ ਸਕਰਮਕ ਕਿਰਿਆ ਬੋਲਦੇ ਆ. ਕਿ ਸਾਨੂੰ ਕਲੀਅਰ ਆ ਕਿ ਪਿਤਾ ਜੀ ਜੋ ਨੇ ਉਹ ਅਖਬਾਰ ਪੜ੍ਹਦੇ ਰਹੇ, ਇਸਨੂੰ ਅਸੀਂ ਸਕਰਮਕ ਕਿਰਿਆ ਬੋਲਦੇ ਹਾਂ. ਕਲੀਅਰ? ਕਿ ਜਿਸ ਵਾਕ ਵਿੱਚ ਕਰਤਾ ਔਰ ਕਿਰਿਆ ਸ਼ਾਮਿਲ ਹੋਣ, ਕੇਵਲ ਕਰਤਾ ਔਰ ਕਿਰਿਆ ਸ਼ਾਮਿਲ ਹੋਣ, ਉਸਨੂੰ ਅਕਰਮਕ ਵਾਕ ਕਿਹਾ ਜਾਂਦਾ ਹੈ, ਅਕਰਮਕ ਕਿਰਿਆ ਕਿਹਾ ਜਾਂਦਾ ਹੈ. ਜਿਸ ਵਾਕ ਦੇ ਵਿੱਚ ਕਰਤਾ, ਕਰਮ ਔਰ ਕਿਰਿਆ ਤਿੰਨੋਂ ਸ਼ਾਮਿਲ ਹੋਣ, ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ. ਅਗੇਨ ਦੇਖੋ, ਅਕਰਮਕ ਕਿਰਿਆ, ਕਿਰਿਆ ਦਾ ਕਰਮ ਨਾ ਹੋਵੇ. ਜਿਨ੍ਹਾਂ ਵਾਕਾਂ ਦੇ ਵਿੱਚ ਕਿਰਿਆ ਦਾ ਕਰਮ ਨਾ ਹੋਵੇ, ਕੇਵਲ ਕਰਤਾ ਹੋਵੇ, ਉਸ ਉਹਨਾਂ ਨੂੰ ਕੀ ਬੋਲਦੇ ਨੇ? ਅਕਰਮਕ ਕਿਰਿਆ. ਸਕਰਮਕ ਕਿਰਿਆ ਮਤਲਬ ਕਿਰਿਆ ਦਾ ਕਰਮ ਅਤੇ ਕਰਤਾ ਦੋਨੋਂ ਹੋਣ. ਕਰਮ ਵੀ ਹੋਵੇ ਸਾਡੇ ਕੋਲ ਔਰ ਕਰਤਾ ਵੀ ਹੋਵੇ ਸਾਡੇ ਕੋਲ, ਉਸਨੂੰ ਅਸੀਂ ਕੀ ਬੋਲਦੇ ਹਾਂ? ਸਕਰਮਕ ਕਿਰਿਆ. ਅਗੇਨ ਜਸਟ ਚੈੱਕ ਐਗਜ਼ਾਮਪਲ, ਬੱਚਾ ਖੇਡ ਰਿਹਾ ਹੈ, ਕਿਰਨ ਗਾ ਰਹੀ ਹੈ. ਬੱਚਾ ਖੇਡ ਰਿਹਾ ਹੈ ਬਟ ਸਾਨੂੰ ਨਹੀਂ ਪਤਾ ਬੱਚਾ ਕੀ ਖੇਡ ਰਿਹਾ. ਉਹ ਫੁੱਟਬਾਲ ਖੇਡ ਰਿਹਾ, ਉਹ ਹਾਕੀ ਖੇਡ ਰਿਹਾ ਹੈ, ਉਹ ਕੀ ਖੇਡ ਰਿਹਾ ਹੈ? ਕਿਰਨ ਗਾ ਰਹੀ ਹੈ. ਕਿਰਨ ਕੀ ਗਾ ਰਹੀ ਹੈ? ਕਿਰਨ ਗੀਤ ਗਾ ਰਹੀ ਹੈ, ਕਿਰਨ ਕਵਿਤਾ ਗਾ ਰਹੀ ਹੈ. ਇਹ ਵਾਕ ਦੇ ਵਿੱਚ ਕੇਵਲ ਅਤੇ ਕੇਵਲ ਸਾਡੇ ਕੋਲ ਕਰਤਾ ਆ ਔਰ ਕਿਰਿਆ ਆ. ਕਿਰਨ ਕਰਤਾ ਔਰ ਗਾ ਰਹੀ ਹੈ ਉਹਦੀ ਕਿਰਿਆ. ਇਸ ਨੂੰ ਅਸੀਂ ਕੀ ਬੋਲਾਂਗੇ? ਅਕਰਮਕ ਕਿਰਿਆ. ਔਰ ਨੈਕਸਟ ਦੇ ਵਿੱਚ ਦੇਖੋ, ਬੱਚਾ ਫੁੱਟਬਾਲ ਖੇਡ ਰਿਹਾ ਹੈ, ਕਿਰਨ ਗੀਤ ਗਾ ਰਹੀ ਹੈ. ਇਹਦੇ ਵਿੱਚ ਸਾਡੇ ਕੋਲ ਕਰਤਾ ਵੀ ਆ, ਉਹਦਾ ਕਰਮ ਵੀ ਆ ਔਰ ਕਿਰਿਆ ਵੀ ਆ. ਕਿਰਨ ਕਰਤਾ, ਗੀਤ ਕੀਆ ਕਰਮ ਔਰ ਗਾ ਰਹੀ ਹੈ ਉਹਦੀ ਕਿਰਿਆ. ਇਸਨੂੰ ਅਸੀਂ ਕੀ ਬੋਲਾਂਗੇ? ਸਕਰਮਕ ਕਿਰਿਆ. ਜਿਸ ਵਾਕ ਵਿੱਚ ਕਰਤਾ, ਕਰਮ ਔਰ ਕਿਰਿਆ ਸ਼ਾਮਿਲ ਹਨ ਉਹਨਾਂ ਨੂੰ ਅਸੀਂ ਸਕਰਮਕ ਕਿਰਿਆ ਬੋਲਦੇ ਹਾਂ. ਜਿਸ ਵਾਕ ਵਿੱਚ ਕੇਵਲ ਕਰਤਾ ਔਰ ਕਿਰਿਆ ਸ਼ਾਮਿਲ ਆ ਉਸਨੂੰ ਅਸੀਂ ਅਕਰਮਕ ਕਿਰਿਆ ਬੋਲਦੇ ਹਾਂ. ਕਲੀਅਰ? ਆਈ ਹੋਪ ਯੂ ਮਸਟ ਅੰਡਰਸਟੈਂਡ ਐਂਡ ਪਲੀਜ਼ ਰੀਡ ਯੂਅਰ ਚੈਪਟਰ ਕੇਅਰਫੁਲੀ. ਇਟਸ ਵੈਲ ਐਕਸਪਲੇਨਡ ਇਨ ਯੂਅਰ ਬੁੱਕਸ, ਸੋ ਜਸਟ ਰੀਡ ਇਟ ਆਊਟ
and try to understand. And if you have any difficulty, I'm there for you. Thank you and have a nice day.